ਦਰਸ਼ਕੋ, ਜਦੋਂ ਤੋਂ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਹੈਗਾ ਉਦੋਂ ਤੋਂ ਪੰਜਾਬ ਦੇ, ਭਾਰਤ ਦੇ ਅਤੇ ਪਾਕਿਸਤਾਨ ਦੇ ਲੋਕਾਂ ਦਾ, ਆਵਾਮ ਦਾ ਆਪਸ ਵਿੱਚ ਬਹੁਤ ਅੱਛਾ ਕੰਟੈਕਟ ਵਧਿਆ ਹੈਗਾ। ਜਿਹੜੇ ਸ਼ਰਧਾਲੂ ਇੱਧਰੋਂ ਉੱਧਰ ਜਾਂਦੇ ਹੈਗੇ, ਪਾਕਿਸਤਾਨ ਦੇ ਸਿਟੀਜ਼ਨ ਅਤੇ ਸ਼ਰਧਾਲੂ ਵੀ ਉੱਧਰੋਂ ਆਉਂਦੇ ਹੈਗੇ ਆ, ਆਪਸ ਵਿੱਚ ਜਦੋਂ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕਰਦੇ ਹੈਗੇ ਆ, ਉਹਨਾਂ ਦੇ ਜਿਹੜੇ ਸ਼ੰਕੇ ਇੱਕ ਦੂਸਰੇ ਦੇ ਕੰਟਰੀ ਪ੍ਰਤੀ, ਲੋਕਾਂ ਪ੍ਰਤੀ, ਅਤੇ ਉਹ ਬਹੁਤ ਹੱਦ ਤੱਕ ਦੂਰ ਹੋਏ ਹੈਗੇ ਆ। ਜਿਹੜੇ ਇੱਧਰੋਂ ਇੰਡੀਅਨ ਸਾਈਡ ਤੋਂ ਜਾਂਦੇ ਆ, ਪੰਜਾਬ ਤੋਂ ਜਾਂਦੇ ਹੈਗੇ ਆ, ਬਹੁਤ ਸਾਰੇ ਮੇਰੇ ਨਿੱਜੀ ਲੈਵਲ ਦੇ ਦੋਸਤ ਵੀ ਹੈਗੇ, ਉਹ ਜਦੋਂ ਆ ਕੇ ਫੇਸਬੁੱਕ 'ਤੇ ਜਾਂ ਹੋਰ ਚੀਜ਼ਾਂ 'ਤੇ ਫੋਟੋਆਂ ਜਾਂ ਆਪਣੇ ਵਿਊਜ਼ ਸ਼ੇਅਰ ਕਰਦੇ ਹੈਗੇ ਆ, ਉਹਦੇ ਤੋਂ ਪਤਾ ਲੱਗਦਾ ਹੈਗਾ ਵੀ ਪਾਕਿਸਤਾਨ ਦੇ ਲੋਕ ਵੀ ਜਿਹੜਾ ਭਾਰਤ ਅਤੇ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਆ, ਇੱਕ ਦੂਜੇ ਦੇ ਦੋਨਾਂ ਦੇਸ਼ਾਂ ਦਾ ਬੜਾ ਨਿੱਘਾ ਪਿਆਰ ਅਤੇ ਸਤਿਕਾਰ ਕਰਦੇ ਹੈਗੇ ਜਿਹੜੇ ਆਮ ਆਵਾਮ ਹੈਗਾ। ਇੱਕ ਬਹੁਤ ਕੁੱਲ ਮਿਲਾ ਕੇ ਅੱਛੀ ਖਬਰ ਹੈ। ਪਿੱਛੇ ਜੇ ਇੱਕ ਕਾਲਜ ਦੇ ਲੇਡੀ ਪ੍ਰਿੰਸੀਪਲ ਗਈ ਸੀ, ਉਹਨੇ ਮੈਨੂੰ ਕਾਫੀ ਜਿਹੜੀਆਂ ਫੋਟੋਆਂ ਭੇਜੀਆਂ ਹੈਗੀਆਂ। ਉੱਧਰੋਂ ਕੁਦਰਤੀ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜਾ ਕੋਈ ਟੀਚਰ ਦਾ ਵਫਦ ਆਇਆ ਸੀ, ਉਹਨਾਂ ਨੇ ਉਸ ਮੈਡਮ ਨਾਲ ਪੰਜਾਬ ਵਿੱਚ ਐਜੂਕੇਸ਼ਨ ਦਾ ਕੀ ਸਿਸਟਮ ਹੈਗਾ, ਖਾਸ ਤੌਰ 'ਤੇ ਲੜਕੀਆਂ ਦੀ ਐਜੂਕੇਸ਼ਨ ਲੈ ਕੇ ਪੰਜਾਬ ਕਿਵੇਂ ਪ੍ਰੋਗਰੈਸ ਕਰ ਰਿਹਾ ਹੈਗਾ, ਉੱਧਰ ਪਾਕਿਸਤਾਨ ਵਿੱਚ ਕਿਵੇਂ ਜਿਹੜਾ ਹੈਗਾ ਸਕੂਲੀ ਐਜੂਕੇਸ਼ਨ, ਮਤਲਬ ਐਜੂਕੇਸ਼ਨ ਸੰਬੰਧੀ ਬਹੁਤ ਅੱਛਾ ਵਿਚਾਰ ਵਟਾਂਦਰਾ ਹੋਇਆ। ਇੱਦਾਂ ਹੀ ਫਿਰ ਉਹ ਦੋਸਤੀ ਵੀ ਹੋ ਜਾਂਦੀ ਹੈਗੀ ਆ, ਇੱਕ ਦੂਸਰੇ ਨੂੰ ਨੰਬਰ ਦਿੰਦੇ, ਗੱਲਬਾਤ ਕਰਦੇ ਹੈਗੇ ਆ। ਸੋ ਇਹ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਬਹੁਤ ਅੱਛੀਆਂ ਗੱਲਾਂ ਹੈਗਾ। ਇਸ ਤਰ੍ਹਾਂ ਜਿਹੜੇ ਬਾਕੀ ਕੁਛ ਜਿਹੜੇ ਲੋਕ ਜਾਂਦੇ ਹੈਗੇ ਪਿੰਡਾਂ ਵਿੱਚੋਂ ਜਾਂਦੇ, ਕੁਛ ਡੈਲੀਗੇਸ਼ਨ ਵੀ ਜਾਂਦੇ ਹੈਗੇ ਆ, ਅਤੇ ਪੋਲੀਟੀਕਲ ਗੱਲਾਂ ਵੀ ਹੁੰਦੀਆਂ ਹੈਗੀਆਂ, ਅਤੇ ਨਾਲ ਧਾਰਮਿਕ ਪੱਖ ਵੀ ਜਿਹੜੇ ਉਜਾਗਰ ਹੁੰਦੇ ਹੈਗੇ ਆ। ਇਸ ਤਰ੍ਹਾਂ ਜਿਹੜਾ ਇੱਕ ਐਡੀਟੋਰੀਅਲ ਆਇਆ ਹੈਗਾ ਪੰਜਾਬ ਟਾਈਮ ਅਖਬਾਰ ਵਿੱਚ, ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਬੇਸ਼ੱਕ ਹਾਲੇ ਵੀ ਤਣਾਅ ਵਿੱਚ ਹਨ, ਪਰ ਇਸ ਸਾਲ 9 ਨਵੰਬਰ ਨੂੰ ਖੋਲ੍ਹੇ ਗਏ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇ ਹਾਲਾਤਾਂ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੋਵੇਂ ਪਾਸੇ ਦੇ ਪੰਜਾਬੀਆਂ ਲਈ ਇੱਕ ਮਿਲਣੀ ਦਾ ਕੇਂਦਰ ਬਣ ਕੇ ਸਿੱਧ ਹੋਇਆ ਹੈਗਾ। ਬਹੁਤ ਅੱਛਾ, ਮਤਲਬ ਇੱਕ ਕੇਂਦਰ ਬਣ ਕੇ ਉੱਭਰਦਾ ਜਾ ਰਿਹਾ ਹੈਗਾ। ਸਿੱਖ ਅਤੇ ਦੂਸਰੇ ਧਰਮਾਂ ਦੇ ਸ਼ਰਧਾਲੂ ਇਸ ਸਥਾਨ 'ਤੇ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਆ ਰਹੇ ਹੈਗੇ, ਪਾਕਿਸਤਾਨ ਦੇ ਸਿਟੀਜ਼ਨ ਵੀ ਆ ਰਹੇ ਹੈਗੇ। ਉਂਝ ਇਹ ਫਿਕਰ ਵਾਲੀ ਗੱਲ ਹੈ ਕਿ ਭਾਰਤੀ ਪੰਜਾਬ ਵਾਲੇ ਪਾਸੇ ਤੋਂ ਹਾਲੇ ਤੱਕ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ 5,000 ਤੱਕ ਨਹੀਂ ਪਹੁੰਚ ਸਕੀ। ਭਾਰਤ ਸਰਕਾਰ ਵੱਲੋਂ ਯਾਤਰਾ ਲਈ ਤੈਅ ਕੀਤੇ ਗਏ ਨਿਯਮ ਸ਼ਰਧਾਲੂਆਂ ਦੇ ਰਾਹ ਵਿੱਚ ਰੋੜਾ ਬਣੇ ਹੋਏ ਹਨ। ਤੁਹਾਨੂੰ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈਗਾ, ਅਤੇ ਜਿਵੇਂ ਪਾਸਪੋਰਟ ਦੀ ਪ੍ਰੋਬਲਮ ਜਾਂ ਹੋਰ ਪ੍ਰੋਬਲਮ ਹੈਗੇ। ਸਿੱਖ ਅਤੇ ਦੂਸਰੇ ਧਰਮਾਂ ਦੇ ਸ਼ਰਧਾਲੂ ਇਸ ਸਥਾਨ 'ਤੇ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਆ ਰਹੇ ਹੈਗੇ ਆ। ਇਹ ਜਿਹੜਾ ਅਜੇ ਨਿਯਮ ਜਿਹੜੀ ਹੈਗੇ ਆ, ਤੁਹਾਨੂੰ ਪਤਾ ਅਜੇ ਜਿਹੜੇ ਭਾਰਤ ਸਰਕਾਰ ਵੱਲੋਂ ਅਜੇ ਥੋੜ੍ਹੀ ਜਿਹਾ ਪਾਸਪੋਰਟ ਦੀ ਲੈ ਕੇ ਜਿਹੜਾ ਅੜਿੱਕਾ ਬਣਿਆ ਹੈਗੇ ਆ। ਇਹਦੇ ਨਾਲ ਨਾਲ ਮੁਸਲਿਮ ਭਾਈਚਾਰੇ ਦੇ ਜਿਹੜੇ ਸਿਟੀਜ਼ਨ ਅਤੇ ਸ਼ਰਧਾਲੂ ਵੀ ਪਹੁੰਚ ਰਹੇ ਹੈਗੇ ਆ। ਇਹ ਵੀ ਖਬਰਾਂ ਸੀ, ਬੀਤੇ ਕੱਲ੍ਹ 8,000 ਦੇ ਕਰੀਬ ਪਾਕਿਸਤਾਨੀ ਮੁਸਲਿਮ ਸ਼ਰਧਾਲੂ ਅਤੇ ਸਿਟੀਜ਼ਨ ਇਸ ਸਥਾਨ ਦੇ ਦਰਸ਼ਨਾਂ ਲਈ ਪਹੁੰਚੇ, ਜੋ ਕਿ ਇੱਕ ਕੀਰਤੀਮਾਨ ਹੈ। ਗੁਰਦੁਆਰਾ ਕੰਪਲੈਕਸ ਹੁਣ ਦੋਵਾਂ ਪਾਸਿਆਂ ਦੇ ਪੰਜਾਬੀਆਂ ਲਈ ਮੇਲ ਜੋਲ ਦਾ ਇੱਕ ਸਾਧਨ ਬਣ ਗਿਆ ਹੈਗਾ। ਇਹਦੇ ਨਾਲ ਇਹ ਜਿਹੜਾ ਮੇਲ ਮਿਲਾਪ ਵਧਿਆ ਹੈਗਾ, ਇਹ ਮੇਲ ਮਿਲਾਪ ਵਧਣ ਨਾਲ ਦੋਵਾਂ ਮੁਲਕਾਂ ਦਰਮਿਆਨ ਸਿਆਸੀ ਤਲਖੀਆਂ, ਸਰਹੱਦੀ ਤਣਾਅ ਘਟਾਉਣ ਵਿੱਚ ਮਦਦ ਮਿਲੇਗੀ। ਲੋਕ ਇੱਕ ਦੂਜੇ ਨੂੰ ਸਮਝ ਰਹੇ ਹੈਗੇ ਆ। ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ
ਰਹਿਮਤਾਂ ਦੀ ਬਰਸਾਤ ਹੋ ਰਹੀ ਹੈਗੀ ਆ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਲੋਕਾਂ 'ਤੇ ਬਾਬੇ ਨਾਨਕ ਦੀ ਜਿਹੜੀ ਹੈਗੀ ਆ ਰਹਿਮਤ ਮਿਲ ਰਹੀ ਹੈਗੀ ਆ। ਇਸ ਤਰ੍ਹਾਂ ਹੀ ਜਿਹੜੇ ਲੋਕ ਜਾਂਦੇ ਹੈਗੇ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪ੍ਰਬੰਧਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈਗਾ। ਉੱਥੇ ਜਾਣ ਵਾਲੇ ਸਿੱਖ ਸ਼ਰਧਾਲੂ ਮਿੱਠੀਆਂ ਯਾਦਾਂ ਲੈ ਕੇ ਮੁੜਦੇ ਹਨ, ਇਹ ਕਾਮਨਾ ਕਰਨੀ ਚਾਹੀਦੀ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਅਹਿਮੀਅਤ ਅਖਤਿਆਰ ਕਰੇਗਾ। ਨਾਲ ਇਹ ਵੀ ਫੀਲ ਕੀਤਾ ਜਾਂਦਾ ਹੈਗਾ ਐਡੀਟੋਰੀਅਲ 'ਚ ਲਿਖਿਆ, ਇਸ ਲਾਂਘੇ ਦੇ ਮੌਜੂਦ ਨਾਲ ਦੱਖਣ ਏਸ਼ੀਆ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਕਾਇਮ ਹੋਵੇਗਾ। ਇਸ ਸੰਬੰਧ ਵਿੱਚ ਸਿੱਖ ਸੰਸਥਾਵਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਸਾਰੀਆਂ ਧਿਰਾਂ ਵੱਲੋਂ ਸਾਂਝੇ ਯਤਨ ਹੋਣੇ ਚਾਹੀਦੇ ਹੈਗੇ। ਗੁਰਦੁਆਰਾ ਸਾਹਿਬ ਵਿਖੇ ਸੇਵਾ ਕਾਰਜਾਂ ਲਈ ਹਰ ਇੱਕ ਸਿੱਖ ਆਪਣਾ ਬਣਦਾ ਹਿੱਸਾ ਪਾਵੇ, ਪੈਸੇ ਤੇ ਲੈਣਾ ਵੀ ਪਾਵੇ, ਜੋ ਕੋਈ ਹੋਰ ਤਰੀਕੇ ਨਾਲ ਮਦਦ ਕਰ ਸਕਦਾ ਉਹ ਵੀ ਕਰੇ। ਨਾਲ ਭਾਰਤ ਸਰਕਾਰ ਉੱਪਰ ਇਸ ਗੱਲ ਲਈ ਦਬਾਅ ਪਾਉਣਾ ਚਾਹੀਦਾ ਹੈਗਾ ਵੀ ਜਿਹੜੀਆਂ ਇਹ ਸਖਤ ਕੰਡੀਸ਼ਨਸ ਹੈਗੀਆਂ ਉਹਦੇ ਤੋਂ ਪਾਸਪੋਰਟ ਦੀ ਕੰਡੀਸ਼ਨ ਰਿਲੈਕਸ ਕਰੇ, ਤਾਂ ਕਿ ਜਿਹੜਾ ਹੈਗਾ ਭਾਰਤ ਸਰਕਾਰ ਉੱਪਰ ਇਸ ਚੀਜ਼ ਦਾ ਦਬਾਅ ਪਾਇਆ ਜਾਵੇ ਕਿ ਜਿਹੜੀਆਂ ਉਹਨਾਂ ਨੂੰ ਯਾਤਰਾ ਨੂੰ ਸ਼ਰਧਾਲੂਆਂ ਨੂੰ ਯਾਤਰਾ ਸਮੇਂ ਪੇਸ਼ ਆ ਰਹੀਆਂ ਮੁਸ਼ਕਲਾਂ ਉਹਦਾ ਉਹ ਜਿਹੜਾ ਮਸਲਾ ਜਲਦੀ ਸੋਲਵ ਕਰਨ। ਯਾਤਰਾ ਲਈ ਪਾਸਪੋਰਟ ਦੀ ਸ਼ਰਤ ਐਡੀਟੋਰੀਅਲ 'ਚ ਲਿਖਿਆ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈਗੀ ਆ। ਨਾਲ ਇਹਦੇ ਨਾਲ ਦੋਵਾਂ ਦੇਸ਼ਾਂ ਨੂੰ ਬਹੁਤ ਵੱਡਾ ਲਾਭ ਪਹੁੰਚੇਗਾ। ਇਹ ਬਲਜੀਤ ਸਿੰਘ ਬਰਾੜ ਐਡੀਟਰ ਹੈਗੇ, ਉਹਨਾਂ ਨੇ ਐਡੀਟੋਰੀਅਲ ਲਿਖਿਆ। ਆਓ ਸ਼ਰਧਾਲੂਆਂ ਦੇ ਵਿਊ ਸੁਣਦੇ ਆ। ਸੁਖਵਿੰਦਰ ਕੌਰ, ਕਿੱਥੋਂ ਆਏ ਹੋ ਤੁਸੀਂ? ਪਿੰਡ ਥੋਬੇ ਤੋਂ। ਕਿਹੜਾ, ਕਿੱਥੇ ਗਿਆ, ਜ਼ਿਲ੍ਹਾ ਕਿਹੜਾ ਇਹੋ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ ਪਹਿਲੀ ਵਾਰੀ ਆਏ ਇੱਥੇ ਬਾਰਡਰ 'ਤੇ? ਹਾਂਜੀ। ਅੱਛਾ, ਕਿਹੋ ਜਿਹਾ ਲੱਗਾ ਹੁਣ ਇੱਥੇ ਆ ਕੇ? ਬਹੁਤ ਵਧੀਆ। ਹਾਂ, ਅਤੇ ਕਿੰਨੇ ਕੁ ਸ਼ਰਧਾਲੂ ਹੈਗੇ ਇੱਥੇ ਇਸ ਵੇਲੇ? ਬਹੁਤ ਰਸ਼ ਆ, ਕਾਫੀ ਦੁਨੀਆ ਦਰਸ਼ਨ ਕਰ ਰਹੀ ਹੈ। ਅੱਛਾ ਅੱਛਾ, ਹਾਂਜੀ। ਅਤੇ ਹੁਣ ਤਾਂ ਦੂਰੋਂ ਦਰਸ਼ਨ ਕੀਤੇ ਬਾਬੇ ਦੇ, ਲਾਗਿਓਂ ਦਰਸ਼ਨ ਕਦੋਂ ਕਰਨੇ ਕਰਤਾਰਪੁਰ ਸਾਹਿਬ ਦੇ? ਜਦੋਂ ਮਹਾਰਾਜ ਕਰਾਊਗਾ। ਪਾਸਪੋਰਟ ਵਗੈਰਾ ਬਣਿਆ ਤੁਹਾਡਾ ਕਿ ਨਹੀਂ? ਨਹੀਂ ਜੀ। ਅੱਛਾ ਅੱਛਾ, ਕੀ ਕੰਮ ਕਰ ਕੀ ਕਰਦੇ ਤੁਸੀਂ? ਅਸੀਂ ਕਰਦਾ ਜੀ। ਕਰਦਾ ਜੀ, ਅੱਛਾ, ਚਲੋ ਚਲੋ ਵਧੀਆ। ਪਾਸਪੋਰਟ ਬਣਾਓ ਤੇ ਜਾਓ। ਹਾਂਜੀ ਸਰ ਜੀ, ਤੁਹਾਡਾ ਨਾਂ ਕੀ ਆ? ਸਰਦੂਲ ਸਿੰਘ ਜੀ। ਸਰਦੂਲ ਸਿੰਘ, ਤੁਸੀਂ ਵੀ ਅੰਮ੍ਰਿਤਸਰ ਹੋਏ ਆਏ ਹੋ? ਹਾਂਜੀ। ਕੀ ਕੰਮ ਕਰ ਕਰਦੇ ਹੋ? ਖੇਤੀਬਾੜੀ ਦਾ ਵਾਹੀਦਾ ਜੀ। ਖੇਤੀਬਾੜੀ ਦਾ, ਅੰਮ੍ਰਿਤਸਰ ਦੇ ਲਾਗੇ ਪਿੰਡ ਆ? ਹਾਂਜੀ। ਕਿਹੜਾ ਪਿੰਡ ਆ? ਥੋਬਾ। ਅੱਛਾ, ਕਿੰਨੀ ਕੀ ਜ਼ਮੀਨ ਹੈ ਆਪਣੀ? 5 ਕਿੱਲੇ। 5 ਕਿੱਲੇ, ਵਧੀਆ। ਤੇ ਇੱਥੇ ਪਹਿਲੀ ਵਾਰੀ ਆਏ ਹੋ? ਹਾਂਜੀ, ਮਹਾਰਾਜ ਦੇ ਦਰਸ਼ਨ ਪਹਿਲੀ ਵਾਰੀ ਕਰਨ ਆਏ ਹਾਂ। ਅੱਛਾ ਅੱਛਾ, ਮਨ ਖੁਸ਼ ਹੋ ਗਿਆ? ਹਾਂ, ਬਹੁਤ ਮਨ ਖੁਸ਼ ਹੋਇਆ ਦਰਸ਼ਨ ਕਰਕੇ। ਅੱਛਾ ਅੱਛਾ, ਤੇ ਇਹ ਕੋਰੀਡੋਰ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਇੱਥੇ ਬਹੁਤ ਮਨ ਖੁਸ਼ ਹੋਇਆ, ਕਿਤੇ ਅੱਗੇ ਜਾਣ ਦਾ ਮਹਾਰਾਜ ਮੌਕਾ ਦਊ, ਦਰਸ਼ਨ ਕਰਾਂਗੇ, ਹੋਰ ਮਨ ਨੂੰ ਸ਼ਾਂਤੀ ਆਏਗੀ। ਹਾਂਜੀ ਹਾਂਜੀ, ਤੇ ਪਾਸਪੋਰਟ ਬਣਿਆ ਕਿ ਨਹੀਂ? ਨਹੀਂ ਜੀ। ਪਾਸਪੋਰਟ ਬਣਾਓ, ਜਿਵੇਂ ਅੱਜ ਹੁਣੇ ਸ਼ਰਧਾਲੂਆਂ ਦਾ ਅਸੀਂ ਇੰਟਰਵਿਊ ਕੀਤਾ ਹੈਗਾ ਨਾ, ਠੀਕ ਹੈ ਜੀ, ਸੁਵਿਧਾ ਕੇਂਦਰ ਤੋਂ ਰਜਿਸਟ੍ਰੇਸ਼ਨ ਕਰਾ ਲਓ। ਹਾਂਜੀ, ਅਤੇ ਫਿਰ ਬਾਬੇ ਨਾਨਕ ਦੇ ਦਰਸ਼ਨ ਕਰਕੇ ਆਓ, 10-12 ਘੰਟੇ ਉੱਥੇ ਲਾ ਕੇ ਆਓ। ਹੈ, ਮਿਹਰਬਾਨੀ ਮਿਹਰਬਾਨੀ। ਤੁਹਾਡਾ ਨਾਂ ਕੀ ਸਰ ਜੀ? ਜਸਵੀਰ ਸਿੰਘ। ਕਿੱਥੋਂ ਆਏ ਹੋ? ਮੈਂ ਜਲੰਧਰ ਤੋਂ ਆਇਆ ਜੀ। ਵਾਹ ਵਾਹ, ਜਲੰਧਰ ਤੋਂ, ਗੁੱਡ ਗੁੱਡ। ਕੀ ਕੰਮ ਕਾਰ ਕਰਦੇ ਹੋ? ਮੈਂ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ। ਅੱਛਾ, ਕਿਹੜੇ ਗੁਰਦੁਆਰਾ ਸਾਹਿਬ 'ਚ? ਇਹ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਜਲੰਧਰ। ਆਹਾ, ਗੁਰਦੇਵ ਨਗਰ ਨਵੀਂ ਦਾਣਾ ਮੰਡੀ। ਇਕੱਲੇ ਆਏ ਹੋ ਅੱਜ ਇੱਧਰ? ਨਹੀਂ, ਮੇਰਾ ਪਰਿਵਾਰ ਵੀ ਨਾਲ ਆ, ਉਹਨਾਂ ਤੁਰਿਆ ਨਹੀਂ ਜਾਂਦਾ ਅਤੇ ਉਹ ਟੈਂਪੂ 'ਤੇ ਬੈਠ ਕੇ ਅੱਗੇ ਚਲੇ ਗਿਆ। ਅੱਛਾ ਅੱਛਾ, ਅਤੇ ਪਹਿਲੀ ਵਾਰੀ ਆਏ ਇੱਥੇ ਬਾਰਡਰ 'ਤੇ? ਹਾਂਜੀ, ਪਹਿਲੀ ਵਾਰ ਇੱਥੇ ਆਇਆ ਜੀ। ਕਿੱਦਾਂ, ਮਨ ਖੁਸ਼ ਹੋ ਗਿਆ? ਆਨੰਦ ਆ ਗਿਆ ਜੀ, ਅਜੇ ਮਹਾਰਾਜ ਕਿਰਪਾ ਕਰੇਗਾ ਅੱਗੇ ਜਾਵਾਂਗੇ ਤੇ ਫਿਰ ਹੋਰ ਵੀ ਆਨੰਦ ਆਊਗਾ। ਇਹ ਤੁਹਾਨੂੰ ਫਾਰਮੈਲਿਟੀ ਪਤਾ ਲੱਗ ਗਈ ਕੀ ਕੀ ਹੈਗੀ ਆ? ਹਾਂਜੀ, ਫਾਰਮੈਲਿਟੀ ਦਾ ਆਨਲਾਈਨ ਤੁਹਾਨੂੰ ਰਜਿਸਟਰ ਕਰਾਉਣਾ ਪੈਣਾ ਹੈਗਾ। ਹਾਂਜੀ, ਪਾਸਪੋਰਟ ਵਗੈਰਾ ਬਣਿਆ ਤੁਹਾਡੇ ਕਿ ਨਹੀਂ? ਹਾਂਜੀ, ਬਣਿਆ। ਕਿਤੇ ਬਾਹਰਲੇ ਦੇਸ਼ ਪਹਿਲਾਂ ਜਾਇਓ ਕਿ ਨਹੀਂ? ਨਹੀਂ, ਬਾਹਰ ਨਹੀਂ ਕਿਤੇ ਗਏ। ਅੱਛਾ ਅੱਛਾ, ਸਾਰਿਆਂ ਦੇ ਬਣੇ ਹੋ ਹੈਗੇ? ਹਾਂਜੀ ਹਾਂਜੀ, ਫਿਰ ਜਾਓ ਤੁਸੀਂ, ਪਾਸਪੋਰਟ ਬਣਿਆ ਤੇ ਰਜਿਸਟਰ ਕਰਾਓ ਤੇ ਜਿਹੜਾ 10-12 ਦਿਨ 'ਚ ਡੇਟ ਆ ਜਾਣੀ। ਹਾਂਜੀ ਹਾਂਜੀ ਹਾਂਜੀ, ਹਾਂ, ਇਹਦੇ ਨਾਲ ਲਾਂਘਾ ਖੁੱਲਣਾ, ਦੋਨੋਂ ਦੇਸ਼ਾਂ ਦੀ ਦੋਸਤੀ ਹੋ ਜਾਏਗੀ। ਹਾਂਜੀ, ਦੋਸਤੀ ਇੱਕ ਸਾਨੂੰ ਸਿੱਖ ਕੌਮ ਨੂੰ ਬੜਾ ਫਾਇਦਾ ਵੀ ਸਾਡਾ ਜਿਹੜਾ ਮੋਢੇ ਆ ਗੁਰੂ ਨਾਨਕ ਪਾਤਸ਼ਾਹ, ਹਾਂਜੀ, ਜਿੱਥੋਂ ਸਾਡੇ ਧਰਮ ਦੀ ਸ਼ੁਰੂਆਤ ਹੋਈ ਆ, ਹਾਂਜੀ, ਉਹਨਾਂ ਦਾ ਸਥਾਨ ਹੈ ਜਿੱਥੇ 18 ਸਾਲ ਉਹਨਾਂ ਮਤਲਬ ਗੁਜ਼ਾਰੇ ਆ। ਹਾਂਜੀ ਹਾਂਜੀ, ਜੇ ਉਹਦੇ ਦਰਸ਼ਨ ਤੇ ਗਾਂ ਨਨਕਾਣਾ ਸਾਹਿਬ ਦੇ ਵੀ ਹੋ ਜਾਣੇ, ਜੇ ਇਹਨਾਂ ਦੇ ਹੋ ਗਏ ਤਾਂ ਗਾਂ ਉਹ ਵੀ ਹੋ ਜਾਣੇ ਆ। ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ, ਦੇ ਸਿੱਖ ਕੌਮ ਵਾਸਤੇ। ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਬੇਨਤੀ ਕਰਦੇ ਹੋ, ਜੇ ਇਹ ਵੀ ਖੁੱਲਿਆ ਤੇ ਨਨਕਾਣਾ ਸਾਹਿਬ ਦੇ ਵੀ ਇਦਾਂ ਦਰਸ਼ਨ ਕਰਾ ਦੇਣ। ਬਹੁਤ ਬਹੁਤ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕਿਤੇ ਇਹ ਵੀ ਸਾਡਾ ਜਿਹੜਾ ਨਨਕਾਣਾ ਸਾਹਿਬ ਦੇ ਵੀ ਨਾਲ ਖੋਲ ਦੇਣ, ਤੇ ਫਿਰ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਬਣ ਗਈ। ਹਾਂਜੀ ਹਾਂਜੀ, ਚਲੋ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਮੈਂ ਤੁਹਾਨੂੰ ਦੱਸਿਆ ਇਹ 3 ਭਾਈ ਸਾਹਿਬ ਬਠਿੰਡੇ ਤੋਂ ਹੁਣੇ ਆ ਕੇ ਆਏ ਹੈਗੇ, ਪਹਿਲਾਂ ਲੰਗਰ ਪਾਣੀ ਬਾਰੇ ਵੀ ਦੱਸੋ ਕੀ ਉਹਨਾਂ ਨੇ ਸੁਵਿਧਾ ਪ੍ਰਦਾਨ ਕੀਤੀ ਹੈਗੀ। ਲੰਗਰ ਪਾਣੀ ਬਹੁਤ ਵਧੀਆ ਤਰੀਕੇ ਨਾਲ ਲੰਗਰ ਪਾਣੀ ਛਕਾਇਆ ਸਾਰਿਆਂ ਨੇ, ਬਹੁਤ ਸੋਹਣੀ ਸਬਜ਼ੀ, ਰੋਟੀ, ਸਬਜ਼ੀਆਂ ਤੇ ਆਪਣੇ ਚੌਲ
ਅੱਛਾ ਬਹੁਤ ਵਧੀਆ ਤਰੀਕੇ ਨਾਲ ਇੱਕ ਪੰਗਤ ਦੇ ਵਿੱਚ ਬਿਠਾ ਕੇ ਅੱਛਾ ਜੀ ਬਹੁਤ ਵਧੀਆ ਪਿਆਰ ਨਾਲ ਛਕਾਇਆ ਬਹੁਤ ਹੀ ਵਧੀਆ ਮਤਲਬ ਕਿ ਉਹਨਾਂ ਨੇ ਅਰੇਂਜਮੈਂਟ ਕੀਤਾ ਹੋਇਆ ਜੋ ਗੁਰਦੁਆਰੇ ਦੀ ਨਾ ਕਿ ਉੱਥੇ ਸੇਵਾ ਸੰਭਾਲ ਹੈ ਉਹ ਵੀ ਆਪਣੇ ਖਾਲਸਾ ਜੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਤੇ ਗੁਰਦੁਆਰਾ ਅੱਗੇ ਨਾਲੋਂ ਬਹੁਤ ਆਲੀਸ਼ਾਨ ਬਣਾਇਆ ਹੋਇਆ ਬਹੁਤ ਵੱਡਾ ਮਤਲਬ ਕਿ ਘੇਰੇ 'ਚ ਬਣਾਇਆ ਹੋਇਆ ਬਹੁਤ ਕਿਸੇ ਕਿਸਮ ਦੀ ਕੋਈ ਸੁਵਿਧਾ ਨਹੀਂ ਇਹ ਸੁਵਿਧਾ ਸਾਰੇ ਤਰ੍ਹਾਂ ਦੀ ਸੁਵਿਧਾ ਪਾਰਕ ਹੈਗੀ ਹੈ ਗੁਰੂ ਸਾਹਿਬ ਦਾ ਖੇਤ ਹੈਗਾ ਹਲਟ ਹੈਗੇ ਸਾਰਿਆਂ ਦੇ ਦਰਸ਼ਨ ਬਹੁਤ ਗੁਰੂ ਸਾਹਿਬ ਦੀ ਸਮਾਧ ਵੀ ਬਣਾਈ ਹੋਈ ਜਿਹੜੀ ਉੱਥੇ ਨਨਕਾਣਾ ਸਾਹਿਬ ਆਪਣੇ ਗੁਰੂ ਨਾਨਕ ਦੇਵ ਜੀ ਚਾਦਰ ਪਾਈ ਸੀ ਮੁਸਲਮਾਨਾਂ ਨੇ ਉਹ ਸਮਾਧ ਵੀ ਹੈਗੀ ਉਹ ਸਮਾਧ ਵੀ ਹੈਗੀ ਆ ਉੱਥੇ ਵੀ ਦਰਸ਼ਨ ਕਰਾਏ ਹਲਟ ਦੇ ਕੀਤੇ ਆ ਗੁਰਦੁਆਰਾ ਸਾਹਿਬ ਦੇ ਜਾ ਕੇ ਆਏ ਖੇਤਾਂ 'ਚ ਜਾ ਕੇ ਆਏ ਆ ਬਹੁਤ ਮਤਲਬ ਕਿ ਉੱਥੇ ਖੰਡੇ ਦੇ ਇੱਕ ਕਿਰਪਾਨ ਹੈ ਉਸ 'ਤੇ ਵੀ ਮਤਲਬ ਦਰਸ਼ਨ ਕਰੇ ਬਹੁਤ ਮਤਲਬ ਪਾਰਕਿੰਗ ਵਧੀਆ ਬਣਾਈ ਹੋਈ ਹੈ ਮੇਰੇ ਕੋਲ 20-25 ਕਿੱਲਿਆਂ ਦੇ ਵਿੱਚ ਮਤਲਬ ਕਿ ਬਣਾਇਆ ਗੁਰਦੁਆਰਾ ਜਿਹੜਾ ਆਸੇ ਪਾਸੇ ਹੈਗਾ ਤੇ ਉਹ ਖੇਤ ਬਣਾਇਆ ਉਹ ਸਬਜ਼ੀ ਬੀਜੀਆਂ ਹੋਈਆਂ ਉਹਨਾਂ 'ਚ ਉਹ ਕਹਿੰਦੇ ਵੀ ਹੁਣ ਬਾਬੀ ਜੀ ਭਾਈ ਜੀ ਨਾਲ ਗੱਲ ਹੋਈ ਸੀ ਸਾਡੀ ਉਹ ਕਹਿੰਦੇ ਵੀ ਜਿੰਨੀ ਇਹ ਸਬਜ਼ੀ ਬੀਜੀ ਹੋਈ ਹੈ ਜਿਹੜੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਸ਼ਰਧਾਲੂਆਂ ਦੇ ਉੱਥੇ ਜੀ ਉਦੋਂ ਇੱਥੋਂ ਹੀ ਹਾਂ ਜੀ ਭਾਈ ਜੀ ਨਾਲ ਗੱਲ ਹੋਈ ਸੀ ਉਹ ਜਿੰਨੀ ਵੀ ਕਹਿੰਦੇ ਸਬਜ਼ੀ ਹੁਣ ਬੀਜੀ ਹੈ ਸਾਡੀ ਇਹ ਸਾਰੀ ਹੁਣ ਗੁਰੂ ਸਾਹਿਬ ਦੇ ਲੰਗਰ ਵਾਸਤੇ ਜਾਇਆ ਕਰੂਗੀ ਅੱਛਾ ਹੁਣ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਵਿੱਚ ਦੇਖ ਰਹੇ ਪ੍ਰੋਗਰਾਮ ਉਹਨਾਂ ਨੂੰ ਖੁੱਲ੍ਹ ਕੇ ਇੱਕ ਸੁਨੇਹਾ ਦਿਓ ਵੀ ਖੁੱਲ੍ਹ ਕੇ ਆਓ ਤੁਸੀਂ ਦਰਸ਼ਨ ਕਰੋ ਗੁਰੂ ਸਾਹਿਬ ਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਦੇ ਗੁਰੂ ਸਾਹਿਬ ਦੇ ਜੋ ਵਾਕ ਕਹੇ ਨੇ ਉਹ ਉਸੇ ਤਰ੍ਹਾਂ ਨੇ ਗੁਰੂ ਸਾਹਿਬ ਦਾ ਨਾ ਕਿ ਗੁਰੂ ਸਾਹਿਬ ਨੇ ਬਹੁਤ ਜਿੰਨੀ ਕੁ ਸਿੱਖਿਆ ਦਿੱਤੀ ਹੈ ਹਾਂਜੀ ਹਾਂਜੀ ਵੰਡ ਛਕੋ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਹ ਜਿਹੜਾ ਸਿਧਾਂਤ ਹੈ ਉਹ ਅੱਜ ਅਸੀਂ ਆਪਣੇ ਹੱਥਾਂ ਅੱਖਾਂ ਨਾਲ ਦੇਖ ਕੇ ਆਏ ਆ ਆਪਣੀ ਜ਼ਿੰਦਗੀ ਤੇ ਵੀ ਇੰਪਲੀਮੈਂਟ ਕਰੋਗੇ ਕਿ ਨਹੀਂ ਹਾਂਜੀ ਆਪਣੀ ਨਿੱਜੀ ਜ਼ਿੰਦਗੀ ਤੇ ਵੀ ਕਰੋ ਜ਼ਿੰਦਗੀ ਤੇ ਬਹੁਤ ਮਤਲਬ ਕਿ ਅਸੀਂ ਜੋ ਗੁਰੂ ਸਾਹਿਬ ਦੇ ਲੜ ਲੱਗੇ ਹੋਏ ਆ ਹਾਂਜੀ ਤੇ ਗੁਰੂ ਸਾਹਿਬ ਦੇ ਨਾਲ ਜੋ ਸਿੱਖਿਆ ਮਿਲਦੀ ਹੈ ਉਸ ਹਿਸਾਬ ਨਾਲ ਅਸੀਂ ਉਸ ਹਿਸਾਬ ਨਾਲ ਗੁਰੂ ਸਾਹਿਬ ਦੇ ਅਸੀਂ ਯਾਤਰਾ ਕਰਨ ਆਏ ਆ ਬਹੁਤ ਵਧੀਆ ਸਾਨੂੰ ਮਾਣ ਲੱਗਿਆ ਜਦੋਂ ਵੀ ਅਸੀਂ ਗੁਰੂ ਸਾਹਿਬ ਦੀ ਧਰਤੀ ਤੇ ਪੈਰ ਰੱਖੇ ਇੱਕਦਮ ਸਾਡੇ ਦਿਲ ਦੇ ਅੰਦਰੋਂ ਜਿਹੜੀ ਚਣਕਾਰ ਜੀ ਵੀ ਨਿਕਲੀ ਵੀ ਜਿਵੇਂ ਵਲਵਲੇ ਜੇ ਉੱਠੇ ਵੀ ਗੁਰੂ ਸਾਹਿਬ ਦੇ ਇੰਨੀ ਮਤਲਬ ਕਿ ਮਿਹਨਤ ਨਾਲ ਅਸੀਂ ਇੱਥੇ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਗੁਰੂ ਸਾਹਿਬ ਦੇ ਸਾਨੂੰ ਇੰਨਾ ਪਾਰ ਕਰਤਾ ਇੰਨਾ ਆਨੰਦ ਆਇਆ ਕਿ ਤੁਹਾਨੂੰ ਦੱਸ ਨਹੀਂ ਸਕਦੇ ਵੀ ਮਨ ਬੜਾ ਖੁਸ਼ ਗਦੋ ਗਦ ਹੈ ਬਹੁਤ ਬਹੁਤ ਵਧੀਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਬਹੁਤ ਸਰ ਰਵਿੰਦਰ ਸਿੰਘ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਹੋ ਸਾਨੂੰ ਪਤਾ ਹੈਗਾ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈਗਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਕਰਤਾਰਪੁਰ ਲਾਂਘੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਦੇਖੋ ਜੀ ਵਾਹਿਗੁਰੂ ਦੀ ਬੜੀ ਕਿਰਪਾ ਹੋਈ ਹੈ ਕਿ ਇਹ ਸਾਨੂੰ ਇੱਕ ਸਾਡਾ ਬੜਾ ਜਿਹੜਾ ਅਹਿਮ ਸਥਾਨ ਸੀ ਹਾਂਜੀ ਜਾ ਕੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਅਸੀਂ ਸ਼ੁਕਰੀਆ ਦਾ ਦਾਤੇ ਦਾ ਕਰ ਸਕਦੇ ਹਾਂ ਹਾਂਜੀ ਹਾਂਜੀ ਅਤੇ ਕਈ ਵਾਰੀ ਲੋਕ ਪੁੱਛਦੇ ਜੀ ਕ੍ਰੈਡਿਟ ਤਾਂ ਜੀ ਪਾਕਿਸਤਾਨ ਨੂੰ ਦੇਣਾ ਪਊਗਾ ਕਿਉਂਕਿ ਉਹਨਾਂ ਦੀ ਜ਼ਮੀਨ ਹੈ ਉਹਨਾਂ ਨੇ ਇਜਾਜ਼ਤ ਦਿੱਤੀ ਹਿੰਦੁਸਤਾਨ ਵਾਲਿਆਂ ਨੇ ਤਾਂ ਹਾਂ ਹੀ ਕੀਤੀ ਹੈ ਤੇ ਭਾਵੇਂ ਉਹਨੂੰ ਤੁਸੀਂ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਦੇ ਦਿਓ ਤੇ ਭਾਵੇਂ ਹੁਣ ਕੋਈ ਕਹਿੰਦੇ ਨੇ ਬਾਜਵਾ ਸਾਹਿਬ ਜਿਹੜਾ ਜਰਨੈਲ ਹੈ ਉਹਦੀ ਜਿਹਦੀ ਮਰਜ਼ੀ ਹੋਵੇ ਉਹਨਾਂ ਨੇ ਬੜੀ ਕਿਰਪਾ ਕੀਤੀ ਜੇ ਉਹਨਾਂ ਦੇ ਇਹਦੇ ਨਾਲ ਕੋਈ ਹੋਰ ਖਿਆਲ ਨੇ ਉਹ ਸਾਡੀ ਹਿੰਮਤ ਹੈ ਕਿ ਅਸੀਂ ਨਾ ਹੋਣ ਦੇਈਏ ਬਹੁਤ ਅੱਛੀ ਗੱਲ ਚਲੋ ਬਹੁਤ ਸਾਰੇ ਸਿੱਧੂ ਸਾਹਿਬ ਨੂੰ ਵੀ ਕ੍ਰੈਡਿਟ ਦਿੰਦੇ ਹੈਗੇ ਸਾਰਿਆਂ ਨੂੰ ਦੇਈਏ ਜਿਹੜਾ ਕ੍ਰੈਡਿਟ ਲੈਣਾ ਚਾਹੀਏ ਅਸੀਂ ਉਹਦੇ ਹਾਰ ਪਾ ਦਾਂਗੇ ਸਾਨੂੰ ਕੀ ਤਰ੍ਹਾਂ ਸਾਡਾ ਤਾਂ ਕੰਮ ਹੋ ਗਿਆ ਬਾਦਲ ਸਾਹਿਬ ਕਹਿੰਦੇ ਇਹ ਸਿੱਧੂ ਦਾ ਕ੍ਰੈਡਿਟ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਫਾਲਤੂ ਦੀਆਂ ਅੱਛਾ ਇਹਦੇ ਨਾਲ ਨਾਲ ਇੱਕ ਦੋ ਗੱਲਾਂ ਹੋਰ ਦੱਸੋ ਇਹ ਹੁਣ ਕੋਰੀਡੋਰ ਤਾਂ ਖੁੱਲ੍ਹ ਗਿਆ ਹੈਗਾ ਇਹਦੇ ਨਾਲ ਡੇਰਾ ਬਾਬਾ ਨਾਨਕ ਜਾਂ ਉੱਧਰ ਨਾਰੋਵਾਲ ਦੀ ਕਿੰਨੀ ਕੁ ਡਿਵੈਲਪਮੈਂਟ ਹੋਣੇ ਦੀ ਸੰਭਾਵਨਾ ਹੈਗੀ ਆ ਦੇਖੋ ਇਹ ਮੁਨਸਰ ਹੈ ਕਿ ਬਈ ਟੂਰਿਸਟ ਕਿੰਨਾ ਜਾਂਦਾ ਹੈ ਅੱਛਾ ਜੀ ਉੱਥੇ ਜਿਹੜੇ ਬੰਦੇ ਸ਼ਰਧਾਲੂ ਜਾਣਗੇ ਨਾਰੋਵਾਲ ਦੀ ਤਾਂ ਮੇਰੇ ਖਿਆਲ ਤਾਂ ਹੀ ਹੋਏਗੀ ਜੇ ਉਹ ਪਾਕਿਸਤਾਨ ਉੱਥੇ ਪਰਮਿਸ਼ਨ ਦੇਵੇ ਉੱਥੇ ਹੋਟਲ ਵਗੈਰਾ ਖੋਲ੍ਹਣ ਟੈਕਸੀਆਂ ਦਾ ਬਿਜ਼ਨਸ ਖਾਣੇ ਪੀਣੇ ਦਾ ਬਿਜ਼ਨਸ ਇਹੀ ਬਿਜ਼ਨਸ ਡਿਵੈਲਪ ਹੋ ਸਕਦੇ ਹੈਗੇ ਸਾਡੇ ਇੱਧਰ ਡੇਰਾ ਬਾਬਾ ਨਾਨਕ ਸਾਹਿਬ ਡੇਰਾ ਬਾਬਾ ਨਾਨਕ ਨੂੰ ਡੈਫੀਨੇਟਲੀ ਮਿਲੇਗਾ ਫਿਲਪ ਮਿਲੇਗਾ ਹਾਂਜੀ ਸ਼ਾਇਦ ਹੌਲੀ ਹੌਲੀ ਮਿਲੇ ਕਿਉਂਕਿ ਜਿਹੜੇ ਬੰਦੇ ਜਾ ਰਹੇ ਨੇ ਉਹਨਾਂ ਦੀ ਮਾਤਰਾ ਘੱਟ ਹੈ ਰੋਜ਼ 5000 ਬੰਦਾ ਨਹੀਂ ਜਾ ਰਿਹਾ 1000 ਦੇ ਲਾਗੇ ਜਾ ਕੇ ਪਹੁੰਚੇ ਇੰਨੇ ਪਹੁੰਚੇ ਦੇਖੋ ਇੱਕ ਇਹਨਾਂ ਨੇ ਫੀਸ ਵੀ ਜ਼ਿਆਦਾ ਲਾਈ ਹੋਈ ਹੈ ਫੀਸ ਵੀ ਜ਼ਿਆਦਾ ਲਾਈ ਉਹ ਉਹਦੇ ਵਿੱਚ ਵੀ ਕੋਈ ਨਾ ਕੋਈ ਔਰ ਰੈੱਡ ਟੇਪ ਬੜਾ ਹੈ ਜਾਣ ਵਾਸਤੇ ਰੈੱਡ ਟੇਪ ਬੜਾ ਰੈੱਡ ਟੇਪ ਤਾਂ ਬਹੁਤ ਜ਼ਿਆਦਾ ਹਾਂਜੀ ਲੋਕਾਂ ਨੂੰ ਆ ਜਿਹੜਾ ਆਨਲਾਈਨ ਦੀ ਬੁਕਿੰਗ ਦੀ ਜਿਹੜੀ ਹੈਗੀ ਇੱਕ ਮੁਸੀਬਤ ਹੈਗੀ ਆ ਇਹਦੇ ਨਾਲ ਤੁਹਾਨੂੰ ਵੀ ਕਦੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਜੇ ਕਿ ਨਹੀਂ ਮੇਰਾ
ਮੇਰਾ ਜਨਮ ਲਾਇਲਪੁਰ ਦਾ ਹੈ। ਓ ਵਾਹ ਵਾਹ, ਫਿਰ ਤਾਂ ਸਾਡੀਆਂ ਬੜੀਆਂ ਯਾਦਾਂ ਹੋਣਗੀਆਂ ਲਾਇਲਪੁਰ ਨਾਲ। ਯਾਦ ਵੀ ਹੈ, ਲੇਕਿਨ ਮੈਂ ਕਦੇ ਪਾਕਿਸਤਾਨ ਜਾ ਕੇ ਰਾਜੀ ਨਹੀਂ ਆਏ। ਓ ਅੱਛਾ, ਕਿਉਂ? ਜਿਹੜਾ ਛੱਡ ਦਿੱਤਾ ਜੀ, ਜਿਹੜਾ ਛੱਡ ਦਿੱਤਾ ਉਹ ਪਿੱਛੇ ਮੁੜ ਕੇ ਦੇਖਣਾ ਨਹੀਂ ਚਾਹੀਦਾ। ਅੱਛਾ ਅੱਛਾ ਅੱਛਾ, ਜਾਂ ਤਾਂ ਇਹ ਹੋਵੇ ਕਿ ਬਈ ਸਾਨੂੰ ਤਾਂ ਹੋਵੇ ਅਸੀਂ ਖੋਹ ਲਈਏ ਦੁਬਾਰਾ। ਤੇ ਤੁਸੀਂ ਆਏ ਕਦੋਂ ਸੀ ਉਧਰੋਂ? ਜਦੋਂ ਮੈਂ 7 ਸਾਲ ਦਾ ਸੀ। ਅੱਛਾ, ਯਾਦ ਆ ਤੁਹਾਨੂੰ ਜਦੋਂ ਇਹ? ਹਾਂਜੀ ਯਾਦ ਹੈ ਬਿਲਕੁਲ। ਅੱਛਾ, ਯਾਦ ਆ ਪੂਰੀ ਤਰ੍ਹਾਂ, ਚਲੋ ਵਧੀਆ। ਅਖੀਰ ਤੇ ਇੱਕ ਗੱਲ ਹੋਰ ਦੱਸੋ, ਇਹਨਾਂ ਦੋਨੋਂ ਦੇਸ਼ਾਂ ਦੀ ਲਾਂਘਾ ਖੁੱਲਣ ਨਾਲ ਦੋਸਤੀ ਹੋ ਸਕਦੀ ਹੈਗੀ ਆ? ਦੋਸਤੀ ਪਿਆਰ, ਪ੍ਰੇਮ ਪਿਆਰ ਵੱਧ ਸਕਦਾ? ਇੱਕ ਕਦਮ ਹੈ ਜੀ। ਅੱਛਾ, ਬਹੁਤ ਕਦਮਾਂ ਦੀ ਲੋੜ, ਬਹੁਤ ਕਦਮਾਂ ਦੀ ਲੋੜ, ਇੱਕ ਕਦਮ ਹੀ ਹੈ, ਇੱਕ ਕਦਮ ਹੈ, ਇਹ ਕੁਝ ਜ਼ਰੂਰੀ ਨਹੀਂ ਹੈ। ਦੋਨੋਂ ਦੇਸ਼ਾਂ ਨੂੰ ਮਤਲਬ ਕਦਮ ਲੈਣੇ ਪੈਣਗੇ।